ਚੋਰਾਂ ਦਾ ਆਤੰਕ ਦਿਨ ਪਰ ਦਿਨ ਵੱਧਦਾ ਜਾ ਰਿਹਾ। ਦਿਨ ਦਿਹਾੜੇ ਰਾਤੇ ਹਨੇਰੇ ਚੋਰ ਜਿਹੜੇ ਨੇ ਬੇਖੌਫ ਹੋ ਕੇ ਲੋਕਾਂ ਦੇ ਘਰਾਂ ਦੇ ਵਿੱਚ, ਲੋਕਾਂ ਦੀਆਂ ਦੁਕਾਨਾਂ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ। ਤੇ ਹੁਣ ਇੱਕ ਤਾਜ਼ੀ ਘਟਨਾ ਪਟਿਆਲਾ ਤੋਂ ਸਾਹਮਣੇ ਆਈ ਹੈ, ਜਿੱਥੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਨੇੜੇ ਮੈਡੀਕਲ ਸਟੋਰ ਤੇ ਚੋਰਾਂ ਦੇ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤੇ ਜਿਹੜੇ ਚੋਰ ਨੇ ਉਹ ਮੈਡੀਕਲ ਸਟੋਰ ਦਾ ਗੱਲਾ ਜਿਹੜਾ ਪੱਟਦੇ ਨੇ, ਤੇ ਉਸ ਤੋਂ ਬਾਅਦ 4.5 ਤੋਂ ਲੈ ਕੇ 5 ਲੱਖ ਰੁਪਏ ਦੀ ਚੋਰੀ ਜਿਹੜੀ ਆ ਉਹ ਚੋਰਾਂ ਦੇ ਵੱਲੋਂ ਮੈਡੀਕਲ ਸਟੋਰ ਤੇ ਕੀਤੀ ਜਾਂਦੀ ਹੈ। ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਦੁਕਾਨਦਾਰ ਨੇ ਪੁਲਿਸ ਨੂੰ ਫੋਨ ਕੀਤਾ, ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਇਸ ਸਾਰੇ ਮਾਮਲੇ ਦੀ ਛਾਣਬੀਨ ਕੀਤੀ ਜਾ ਰਹੀ ਹੈ। ਤੇ ਉੱਥੇ ਇਸ ਪੂਰੇ ਮਾਮਲੇ ਦੀ CCTV ਵੀ ਸਾਹਮਣੇ ਆਈ ਹੈ, ਤਸਵੀਰਾਂ ਜਿਹੜੀਆਂ ਨੇ CCTV ਦੇ ਵਿੱਚ ਕੈਦ ਹੋ ਗਈਆਂ ਨੇ। ਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਪਟਿਆਲਾ ਦੇ ਵਿੱਚ ਕੱਲ੍ਹ 6 ਦੁਕਾਨਾਂ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ। ਇੱਕੋ ਦਿਨ ਦੇ ਵਿੱਚ 6 ਦੁਕਾਨਾਂ 'ਤੇ ਚੋਰੀ ਦੀ ਵਾਰਦਾਤ ਜਿਹੜੀ ਆ ਹੁੰਦੀ ਹੈ। ਅਤੇ ਲਗਾਤਾਰ ਬੇਖੌਫ ਹੋ ਕੇ ਜਿਹੜੇ ਚੋਰ ਨੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ, ਪਰ ਪੁਲਿਸ ਕਿਤੇ ਨਾ ਕਿਤੇ ਇਹਨਾਂ ਨੂੰ ਫੜਨ ਦੇ ਵਿੱਚ ਨਾਕਾਮ ਨਜ਼ਰ ਆ ਰਹੀ ਹੈ। ਅਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੇਖੌਫ ਚੋਰਾਂ ਨੇ ਇੱਕ ਦੁਕਾਨ ਦੇ ਵਿੱਚ 4.5 ਤੋਂ 5 ਲੱਖ ਰੁਪਏ ਦੀ ਚੋਰੀ ਨੂੰ ਅੰਜਾਮ ਦਿੱਤਾ। ਅਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਲੋਕ ਜਿਹੜੇ ਨੇ ਉਹ ਕਾਫੀ ਜ਼ਿਆਦਾ ਸਹਿਮੇ ਹੋਏ ਨੇ। ਅਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਸਵਿਫਟ ਗੱਡੀ ਦੇ ਵਿੱਚ ਇਹ ਚੋਰ ਆਏ ਨੇ, ਅਤੇ ਉਸ ਤੋਂ ਬਾਅਦ ਲੋਕਾਂ ਦੀ ਦੁਕਾਨਾਂ 'ਤੇ ਇਹਨਾਂ ਨੇ ਚੋਰੀ ਕੀਤੀ ਹੈ। ਅਤੇ ਇੱਕੋ ਦਿਨ ਦੇ ਵਿੱਚ 6 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਤਾਲੇ ਟੁੱਟੇ ਹੋਏ ਸੀਗੇ ਜੀ, ਤਾਲੇ ਟੁੱਟੇ ਹੋਏ ਸੀਗੇ। ਸਾਨੂੰ ਫੋਨ ਆਇਆ ਵੀ ਇੱਦਾਂ ਤਾਲੇ ਟੁੱਟੇ ਹੋਏ, ਇੱਥੇ ਪਿੱਛੇ 2-3 ਦੁਕਾਨਾਂ ਦੇ ਹੋਰ ਵੀ ਟੁੱਟੇ ਹੋਏ ਨੇ। ਬਸ ਇਸ ਤੋਂ ਬਾਅਦ ਅਸੀਂ ਜੁੜਿਆ ਦੁਕਾਨ 'ਤੇ ਆਏ ਔਰ ਸਾਨੂੰ ਦੇਖਿਆ ਨੁਕਸਾਨ ਦਾ ਪਤਾ ਲੱਗਿਆ। ਸਾਡੀ ਦੁਕਾਨ 'ਤੇ ਮੈਂ ਕੱਲ੍ਹ ਪੇਮੈਂਟ ਕਰਨੀ ਸੀ, ਇਸ ਕਰਕੇ ਆਹ ਬਿੱਲ ਬੁੱਕਾਂ ਪਈਆਂ ਨੇ, ਸਾਰਾ ਕੁਝ ਉਹਦੇ ਪੈਸੇ ਰੱਖ ਕੇ ਗਿਆ ਸੀ, 4.5 ਲੱਖ ਰੁਪਇਆ ਸੀ। ਅੱਜ ਅਸੀਂ ਪੇਮੈਂਟ ਕਰਦੇ ਹਾਂ 6 ਤੋਂ 7 ਤਰੀਕ ਦੇ ਵਿੱਚ ਹਰ ਮਹੀਨੇ ਲਗਾਤਾਰ। ਹੁਣ ਉਸ ਦਰਮਿਆਨ ਉਹ ਸਾਰੇ ਪੈਸੇ ਹੀ ਲੈ ਗਏ, ਉਹਨਾਂ ਨੇ ਕੋਈ ਹੋਰ ਛੇੜਛਾੜ ਨਹੀਂ ਕੀਤੀ, ਸਿਰਫ ਓਨਲੀ ਆਹ ਚੀਜ਼ਾਂ ਪੱਟੀਆਂ ਨੇ, ਗਲੇ ਪੱਟੇ ਨੇ, ਉੱਦਾਂ ਗਲੇ ਲੱਗੇ, ਪੈਸੇ ਕੱਢਦੇ ਵੀਡੀਓ ਉਸ 'ਚ ਆ ਰਹੀ ਹੈਗੀ ਸਾਰਾ। CCTV ਫੁਟੇਜ ਦੇ ਕਿੰਨੇ ਬੰਦੇ ਦਿਖ ਰਹੇ ਹੋ? CCTV ਫੁਟੇਜ ਸਿਰਫ ਇੱਕ ਬੰਦਾ ਅੰਦਰ ਆਇਆ। ਤੁਸੀਂ ਜਿਹੜਾ ਕਹਿਣਾ ਚਾਹ ਰਹੇ ਹੋ 4.5-5 ਲੱਖ ਰੁਪਏ ਤੁਹਾਡੀ ਚੋਰੀ ਹੋ ਗਈ, ਹਾਂਜੀ ਹਾਂਜੀ, ਇਹ ਦੇਖ ਕੇ ਦੱਸੋ ਵੀ ਤੁਹਾਡੇ 4.5 ਲੱਖ ਚੋਰੀ ਹੈ, ਜੇ ਤੋਂ ਇਲਾਵਾ ਕੋਈ ਦਵਾਈਆਂ ਜਾਂ ਹੋਰ ਕਿਨੂੰ ਕੋਈ ਦਵਾਈਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ, ਸਿਰਫ ਓਨਲੀ ਪੈਸੇ ਕੋਈ ਦਵਾਈਆਂ ਉਹਨਾਂ ਨੇ ਦੇਖਿਆ ਵੀ ਨਹੀਂ, ਕਿਤੇ ਗਏ ਵੀ ਨਹੀਂ, ਸਿਰਫ ਆਏ ਉਹਨਾਂ ਨੇ ਲੋਕ ਪੱਟੇ ਪੈਸੇ ਲੈ ਗਏ। ਕਿੱਦਾਂ ਦੇਖਦੇ ਹੋ ਜਿਹੜਾ 5-7 ਦੁਕਾਨਾਂ ਦੀ ਚੋਰੀ ਹੋਇਆ, ਪੁਲਿਸ ਦੀ ਕਾਰਵਾਈ ਨੂੰ ਕਿੱਦਾਂ ਦੇਖਦੇ ਹੋ? ਪੁਲਿਸ ਦੀ ਕਾਰਵਾਈ ਸਵੇਰੇ 5:15 ਹੋ ਰਹੀ, ਹੁਣ ਪੁਲਿਸ ਦੀ ਕਾਰਵਾਈ ਅਸੀਂ ਕੀ ਬੋਲ ਸਕਦੇ ਹਾਂ ਦੱਸੋ ਨਾ ਜੀ ਤੁਸੀਂ। ਪੁਲਿਸ ਨੂੰ ਇਤਲਾਹ ਕਰਤੀ, ਆਉਣ ਸਾਰੀ ਇਤਲਾਹ ਫੋਨ ਕੀਤਾ ਜੀ ਉਹਨਾਂ ਨੂੰ ਮੌਕੇ 'ਤੇ, ਅੱਧੇ ਅਸੀਂ ਪਹਿਲਾਂ ਆਏ ਨਹੀਂ, ਅੱਧਾ ਘੰਟਾ ਉਸ ਤੋਂ ਬਾਅਦ ਅਸੀਂ ਥਾਣੇ ਗਏ, ਥਾਣੇ ਤੋਂ ਬਾਅਦ ਉਹ ਕਹਿੰਦੇ ਗਏ ਹੋਏ ਨੇ, ਅਸੀਂ ਵਾਪਸ ਆ ਕੇ ਉਸ ਤੋਂ 15-20 ਮਿੰਟ ਬਾਅਦ ਪੁਲਿਸ ਵਾਲੇ ਆਏ ਸਾਡੇ ਕੋਲ, ਆ ਕੇ ਸਾਨੂੰ ਕਹਿੰਦੇ ਤੁਸੀਂ ਦੇਖੋ ਕੈਮਰਾ ਕਰੋ, ਅਸੀਂ ਕਰਦੇ ਹਾਂ ਬਸ ਕੁਛ, ਕੋਈ ਸਾਨੂੰ ਉਹਨਾਂ ਦੀ ਕਾਰਵਾਈ 'ਚ ਕੋਈ ਉਹ ਨਹੀਂ ਨਜ਼ਰ ਆਇਆ, ਗਰਮਾਈ ਨਹੀਂ ਨਜ਼ਰ ਆਈ ਵੀ ਕੁਛ ਨਹੀਂ, ਨੋਰਮਲ ਵਾਰਦਾਤ ਨੂੰ ਮੰਨ ਕੇ ਚਲੇ ਗਏ। ਅਸੀਂ ਤਾਂ ਪਾਉਣਾ ਅਸੀਂ ਲੁੱਟੇ ਗਏ ਜੀ, ਜਿਹੜੇ ਕਹੀਏ ਜੀ ਅਸੀਂ ਪੱਟੇ ਗਏ ਜੀ, ਵਰਤਾਂ ਸਾਡੀ ਸਾਰੀ ਪੇਮੈਂਟ ਦੇਖੋ ਹੁਣ ਸਾਰਾ ਸਾਰਾ, ਹੁਣ ਇਹ ਦੇਖੋ ਮੇਰਾ ਇੱਕ ਵਾਰੀ ਬਿਜ਼ਨਸ ਦਾ ਦਾਰਾ ਦਾ ਸਾਰਾ ਸਾਡਾ ਹਿੱਲ ਗਿਆ, ਅਸੀਂ ਲੋਕਾਂ ਦਾ ਸਮਾਨ ਲੈ ਕੇ ਵੇਚਿਆ ਹੋਇਆ, ਉਹਨਾਂ ਦੀ ਪੇਮੈਂਟ ਕਰਨੀ ਮੰਥਲੀ ਦੀ ਮੰਥਲੀ ਪੇਮੈਂਟ ਹੁੰਦੀ ਆ, ਇੱਕ ਮਹੀਨੇ ਬਾਅਦ ਅਸੀਂ 1 ਤੋਂ 30 ਤਰੀਕ ਤੱਕ ਅਸੀਂ ਸਮਾਨ ਲੈਂਦੇ ਹਾਂ, ਉਹਨੂੰ 5 ਤੋਂ 6 ਤਰੀਕ ਅਸੀਂ ਪੇਮੈਂਟ ਕਰ ਦਿੰਦੇ ਹਾਂ, ਉਹਲੇ ਪੈਸੇ ਕੱਲ੍ਹ ਹੀ ਲਿਆ ਕੇ ਰੱਖੇ ਨੇ ਮੈਨੇ, ਹੁਣ ਸਾਰੇ ਮੈਂ ਕਿਹਾ ਚੱਲ ਕੱਲ੍ਹ ਪੇਮੈਂਟ ਕਰਦੇ ਰਹਿ ਗਿਆ, ਉਸ ਤੋਂ ਬਾਅਦ ਇਹਨਾਂ ਨੂੰ ਹੋ ਗਿਆ, ਮੈਂ ਸਵੇਰੇ ਆਏ ਕਰਾਂਗੇ ਫੋਨ ਕਰਾਂਗੇ ਉਹ ਆਏ ਤੇ CCTV ਵੀਡੀਓ ਦੇਖੀ ਆ, ਕੀ ਲੱਗਦਾ ਕੋਈ ਪੁਰਾਣਾ ਨੌਕਰ ਜਾਂ ਕੋਈ ਇਹੋ ਜਿਹਾ ਗੱਲਬਾਤ ਲੱਗਦੀ? ਨਹੀਂ ਜੀ ਸਾਨੂੰ ਕੋਈ ਇਹੋ ਜਿਹੀ ਗੱਲਬਾਤ ਨਹੀਂ ਲੱਗਦੀ। ਸਿਰਫ ਦਵਾਈਆਂ ਦੀ ਦੁਕਾਨਾਂ ਨੂੰ ਚੋਰਾਂ ਨੇ ਟਾਰਗੇਟ ਕੀਤਾ ਗਿਆ? ਨਹੀਂ ਸਰ, ਪਿੱਛੇ 2-3 ਦਵਾਈਆਂ ਦੁਕਾਨਾਂ ਨੂੰ ਵੀ ਟਾਰਗੇਟ ਕੀਤਾ ਗਿਆ, ਇੱਕ ਧਰਮਪੁਰਾ ਬਾਜ਼ਾਰ ਜਿਹੜਾ ਸਾਨੂੰ ਪਤਾ ਇੱਕ ਡਿਪਾਰਟਮੈਂਟਲ ਸਟੋਰ ਨੂੰ, ਇੱਕ ਰਾਜਾ ਟੈਲੀਕਾਮ ਹੈ ਉੱਥੇ ਜਿਹੜਾ ਪਤਾ ਲੱਗਿਆ ਉਹਨਾਂ ਨੂੰ।
ਉਹ ਸਾਨੂੰ ਇੰਟੀਮੇਸ਼ਨ ਆਈ ਆ ਜੀ ਜੋ ਰਾਤ ਚੋਰੀ ਦਾ ਇੰਸੀਡੈਂਟ ਹੋਇਆ ਸਾਡੀਆਂ ਟੀਮਸ ਉਹਦੇ 'ਤੇ ਲੱਗੀਆਂ ਹੋਈਆਂ ਨੇ ਇਹ ਪਹਿਲਾਂ ਵੀ ਇਹ ਸਵਿਫਟ ਜਿਹੜੀ ਗੱਡੀ ਵਾਲੇ ਨੇ ਚੋਰ ਨੇ ਇਹ ਵੱਖ ਵੱਖ ਸ਼ਹਿਰਾਂ 'ਚ ਸਾਨੂੰ ਹੋਰ ਵੀ ਸਾਡੇ ਕੋਲ ਇਨਪੁੱਟਸ ਹੈਗੀਆਂ ਇਹਨਾਂ ਦੀਆਂ ਇਹਨਾਂ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਅਤੇ ਜਲਦੀ ਇਹਨਾਂ ਨੂੰ ਟਰੇਸ ਕਰਕੇ ਅਰੈਸਟ ਕੀਤਾ ਜਾਊਗਾ ਕਿੰਨੀਆਂ ਦੁਕਾਨਾਂ ਕਿਹੜੀ ਕਿਹੜੀ ਦੁਕਾਨਾਂ 'ਤੇ ਉਹ ਸਾਡਾ ਆਈਓ ਮੇਰਾ ਡਿਊਟੀ ਅਫਸਰ ਚੈੱਕ ਕਰਨ ਗਿਆ ਹੋਇਆ ਅਸੀਂ ਕਿਸੇ ਹੋਰ ਓਪਰੇਸ਼ਨ 'ਚ ਬਿਜ਼ੀ ਹਾਂਗੇ ਅਤੇ ਤੁਹਾਨੂੰ ਡਿਟੇਲ ਅਸੀਂ ਚੈੱਕ ਕਰਕੇ ਪ੍ਰੋਪਰ ਦੱਸ ਦਿਆਂਗੇ ਥੈਂਕ ਯੂ